ਗਾਈ ਦਾ ਫੋਨ ਆ ਗਿਆ ਜਿਸ ਤੋਂ ਬਾਹਰ ਐਕਸਾਈ ਲਗਾ ਕੇ ਪ੍ਰਵਾਸ ਨੂੰ ਮਿਲਣ ਆਇਆ ਇਹਦੇ ਵਿੱਚ ਲਿਆ ਦਿਖਾ ਤੇਰੀ ਵੀਡੀਓ ਬਣਾ ਦੇ ਤੋ ਵੇਖੋ ਇਹਨੂੰ ਠੰਡ ਕਿੰਨੀ ਚੜੀ ਹੈ ਠੰਡ ਆ ਗਈ ਹੋਇਆ ਹਨਾ ਤੇ ਮੀਂਹ ਪੈਣ ਦਾ ਆਪਾਂ ਐਕਸਾਈ ਲਾ ਲਈ ਆ ਤੇ ਹੁਣ ਚੱਲੇ ਘਰ ਮੈਂ ਬਾਈਕ ਤੇ ਆਇਆ ਆਪਣੀ ਤੇ ਬਾਈਕ ਦੱਸਿਓ ਫਿਰ ਕਮੈਂਟ ਕਰਕੇ ਕਿਤਨਾ ਹੀ ਲੱਗ ਰਹੀ ਉਹ ਵਧੀਆ ਨਾ ਪ੍ਰਵਾਸ ਨੂੰ ਤਾਂ ਪੂਰਾ ਵਧੀਆ ਲੱਗਾ ਮੋਟਰਸਾਈਕਲ ਵੇਖ ਖਲੋਤਾ ਮੈਨੂੰ ਪਲਾਨ ਪੁੱਛ ਰਿਹਾ ਕਿੱਥੇ ਜਾਣਾ ਕਾਦੀ ਚੱਲ ਚੱਲੀ ਚੱਲ ਜਾਗਾ ਆ ਜੀ 10 ਵਜੇ 10 ਵਜੇ 10:30 ਵਜੇ ਚੱਲ ਚੰਗਾ हेलो जी गुड मॉर्निंग वेलकम बैक टू माई न्यू वीडियो सो गाइस होप दैट तुसी सारे वधिया होगे मैं बिल्कुल वधिया वा ते आपां चले आ अज सिरसरे मंदिर सिरसरे क्यों चले आ अज ने व्रत रखा वा इस करके कहना मत्था टेकन जाना या आ गया चप्पल आही पा जी फिर अज ने बोलना भी नहीं मोहन व्रत रखा यावे मोहन व्रत रखा जी गाइस आप आए हैं मिठाई लैन मंदिर प्रसाद लैन मिठाई हुंदी है भाई प्रसाद हुंदा पहले मैं पहले मंदिर जांदा फिर प्रसाद बनदा ਇਥੋਂ ਪ੍ਰਸ਼ਾਦ ਇਥੋਂ ਮਠਿਆਈ ਲੈ ਕੇ ਉੱਥੇ ਜਾ ਕੇ ਪ੍ਰਸ਼ਾਦ ਬਣੇਗਾ ਜੋ ਵੀ ਪ੍ਰਸ਼ਾਦ ਹੀ ਛੱਡਣਾ ਪ੍ਰਸ਼ਾਦ ਲੈਣਾ ਹੋਵੇ ਫਿਰ ਪ੍ਰਸ਼ਾਦ ਹੀ ਰਹੂਗਾ ਉਹ ਆ ਗਿਆ ਆਪਣਾ ਪੈਕ ਹੋ ਗਏ ਤੇ ਇਹਨੇ ਮੈਨੂੰ ਹੁਣੇ ਇੱਕ ਚੀਜ਼ ਦੱਸੀ ਆ ਕਿ ਆਪਾਂ ਉਹ ਵਾਲੇ ਮੰਦਰ ਨਹੀਂ ਜਾਣਾ ਜਿਹੜੇ ਦੀ ਮੈਂ ਸੋਚ ਕੇ ਆਇਆ ਮੈਂ ਤਾਂ ਕਹਿੰਦਾ ਚੱਲਦੇ ਆ ਓਏ ਤੂੰ ਕਹੀ ਜਾ ਮੈਂ ਇੱਧਰ ਫੜਾ ਚਾਬੀ ਸਾਹਿਬ ਬੁੱਢੀ ਦਾ ਅੱਛਾ ਤੇ ਗਾਈਜ਼ ਆਪਾਂ ਅੱਜ ਬੁੱਢੀ ਢਾਣ ਲੱਗੇ ਆ ਦੇਖਦੇ ਆ ਕਾਈਟ ਕਾਈਟ ਫਲਾਈ ਉਹ ਬੜੀ ਮੈਂ ਲਿਆ ਕੇ ਰੱਖੀਆਂ ਦੋ ਬੜੀ ਵਧੀਆ ਆ ਜਾਂਦੇ ਇਹ ਆਪਣੇ ਭਰਾ ਨੂੰ ਕਹਿੰਦੇ ਗੁੱਡੀ ਢਾ ਤੇ ਇਧਰੋਂ ਹੇਡਾਵਾਂਗੇ ਪੇਚੇ ਲਾਵਾਂਗੇ ਸਾਡੇ ਕੋਲ ਤਾਂ ਬੜੀਆਂ ਪਈਆਂ ਵਾ ਪਿਛਲੀ ਲੋੜੀ ਦੀਆਂ ਚੱਲ ਜਾ ਉਹਦੇ ਵਿੱਚੋਂ ਕੱਢਦੇ ਆ ਕੋਈ ਵੱਖਰੀ ਜੀ ਛੋਟਾ ਕੱਢਦੇ ਆ ਵੱਡੇ ਹੀ ਆ ਜ਼ਿਆਦਾਤਰ ਓਏ ਆ ਵੱਡੇ ਹੀ ਹੈਗੇ ਆ ਕੋਈ ਨਹੀਂ ਰੱਖੀ ਆ ਹੈਲੋ ਡੋਰ ਨਹੀਂ ਗਈ ਫਿਰ ਇੱਥੇ ਪਹਿਲੇ ਕੁਝ ਉੱਡਣ ਤੇ ਦਿਆ ਨਹੀਂ ਆ ਕੁਝ ਵੀ ਨਹੀਂ ਉੱਡਣ ਦਾ ਖਾਲੀ ਆ ਇਹ ਆਪਾਂ ਹੀ ਮੈਨੂੰ ਲੱਗਦਾ ਸਰ ਕੀ ਬਣਾਵਾਂ ਕਾ ਇਹ ਕਾ ਟਿਕਰੇ ਬਣਾਵਾਂ ਇਹ ਗਾਈਸ ਗੁੱਡੀਆਂ ਵਾਧੂ ਪਈਆਂ ਵਾ ਪਰ ਵਿੱਚ ਉਪਾੜ ਪੁਰ ਗਿਆ ਹੋਏ ਪਤੰਗ ਵੀ ਪਾੜ ਗਈ ਤੇ ਇਹਨੂੰ ਆਪਾਂ ਨਾ ਆ ਢਾਣੇ ਸਭ ਤੋਂ ਪਹਿਲੇ ਆ ਗੱਡੀ ਆਪਾਂ ਸਿੱਧੂ ਮੂਸੇ ਵਾਲਾ 295 ਉੱਡਣ ਨਹੀਂ ਦੇਈ ਕੋਈ ਇਹ ਨਹੀਂ ਤੇ ਪਤਾ ਨਹੀਂ ਗੁੱਡਿਆਂ ਦੇ ਬੈਠਾ ਪਈਆਂ ਵਾ ਤੇ ਓ ਯਾਰ ਇਹਦੇ ਪਾੜ ਗਿਆ ਵਾ ਇਹ ਜੋੜਦਾ ਵੀ ਹੈਗਾ ਵਾ ਕਿੰਨਾ ਉੱਡਣਾ ਹੈ ਵਧੀਆ ਲੱਗਦਾ ਨਾ ਪਰ ਟੇਪ ਟੇਪ ਵੀ ਗਈ ਆ ਉਹ ਹੁਣੇ ਤੇ ਲੱਭੀ ਤੁਹਾਨੂੰ ਪੁਰਾਣੀ ਟੇਪ ਆ ਗੱਟੂ 15 ਸਾਲ ਪੁਰਾਣੀ ਗੱਟੂ ਵੀ ਪਿਆ ਆਪਣੇ ਕੋ ਪਿਛਲੇ ਸਾਲ ਦਾ ਮਤਲਬ ਹਰ ਇੱਕ ਚੀਜ਼ ਰੱਖੀ ਆਪਾਂ ਰੱਖ ਲਈ ਇਹਦੀ ਕੀ ਲਈ ਰੱਖੀ ਜੀ ਇਹ ਆਪਣੀ ਆ ਦੱਸ ਉੱਪਰ ਜਾ ਕੇ ਢਾਣੇ ਆ ਛੋਟਾ ਛੋਟਾ ਤੇਰੀ ਛੋਟੇ ਜੀ ਸਵਾਤ ਹੈ ਅੰਦਰੋਂ ਆ ਰਿਹਾ ਆ ਪੜੀ ਆ ਪੜੀ ਲਿਆ ਨਾ ਲੋ ਜੀ ਗਾਇਸ ਇਸ ਸੀਜ਼ਨ ਦੀ ਪਹਿਲੀ ਗੁੱਡੀ ਡਾਵਾਂਗੇ ਉਹ ਉਧਰ ਇਹਦਾ ਭਰਾ ਬਿਠਾ ਆ ਉਥੇ ਗੁੱਡ ਡਾਏਗਾ ਡਾਏਗਾ ਕੌਣ ਰਿਜਨ ਕਹਿੰਦ ਧਿਆਨ ਤੂੰ ਰਿਜਨ ਨੂੰ ਥੋੜੀ ਬੋਲ ਕੀਤਾ ਹਾਂ ਓਏ ਉਹਨੂੰ ਕੀਤਾ ਜਿਹੜਾ ਹੱਥ ਮਾਰਦਾ ਵਾ ਅੱਛਾ ਭਈਆ ਇੱਥੇ ਜਿਹੜਾ ਹੈਗਾ ਜਿਹਨੂੰ ਪਿਛਲੀ ਵਾਰੀ ਗਾਲਾਂ ਕੱਢੀਆਂ ਸੀ ਆਪਾਂ ਇਹਨੂੰ ਬੜੀਆਂ ਗਾਲਾਂ ਕੱਢੀਆਂ ਕਰੀ ਮੈਂ ਇੱਥੇ ਆ ਤਾਂ ਤੇਰਾ ਵੋਈਨੀਆਂ ਬੜੀ ਆਊਗਾ ਉੱਤੇ ਬਦਮਾਸ਼ ਆਹੋ ਕਹਿੰਦਾ ਮੈਂ ਕੁੱਤੇ ਦੀ ਦਵਾਈ ਲਾਵਾਂ ਫਿਰ ਚੱਲ ਮੈਂ ਪਾਤ ਲਾਵਾਂ ਵੇਚਦੇ ਆਂ ਤੈਨੂੰ ਜਾ ਜਿਆ ਕਿ ਨਹੀਂ 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 ਮੈਂ ਤਾਂ ਵੈਸੇ ਲੁੱਟ ਰਹੀ ਆਂ ਲੁੱਟਦਾ ਲੁੱਟਦੇ ਤਲਾਵਾਂ ਪਾਏਗਾ ਫਿਰ ਤਾਂ ਲੱਗੂਗਾ ਹਾਂਜੀ ਜਾਵਾਂਗੇ ਪਹਿਲਾਂ ਜੋੜ ਓਏ ਖਾਲੀ ਤੇ ਆ ਪਿਛਲੇ ਸਾਲ ਦਾ ਗੱਟੂ ਪਹਿਲਾਂ ਆ ਜੋੜ ਕੇ ਓਏ ਯਾਰ ਜਿਹੜਾ ਸਹੀ ਆ ਉਹ ਡੰਨੇ ਆ ਡਾ ਨਾ ਫਿਰ ਦੱਸ ਵੇਲ ਇਹ ਗਰੀਬਾਂ ਵਾਲੇ ਕੰਮ ਨਹੀਂ ਜਾਣੇ ਇਹਨਾਂ ਦੇ ਨਵੀਂ ਗੁੱਡੀ ਮਿਲ ਗਈ ਆ ਤਲਾਵਾਂ ਪਾਣੀਆਂ ਉਹ ਨਹੀਂ ਆਂਦੀਆਂ ਪਾਰਟੀ ਗੁੱਡੀ ਜੋੜ ਲਾਂਗੇ ਉਹ ਵਧੀਆ ਸੋ ਗਾਇਜ਼ ਇੱਕ ਗੁੱਡੀ ਉੱਡ ਗਈ ਸਾਨੂੰ ਵੇਖ ਕੇ ਇਹਦੇ ਆਪਾਂ ਡਾਈ ਵੀ ਨਹੀਂ ਉੱਥੇ ਹੀ ਪਤਾ ਲੱਗ ਗਿਆ ਉਹਨਾਂ ਨੂੰ ਕਿ ਗੁੱਡੀ ਡਾਉਣ ਲੱਗੇ ਮੁੰਡੇ ਗੁੱਡੀ ਡਾਉਣ ਲੱਗਾ ਵਾਹ ਸੁਣ ਗਈ ਵਾਹ ਸੁਣ ਗਈ ਇਹਨੂੰ ਇੱਥੇ ਲਾ ਦਿੰਦੇ ਆ ਕੋਈ ਗੁੱਡੀ ਮੈਂ ਡਾ ਛੱਡੀ ਨਾ ਹਾਂ ਉਹਨਾਂ ਦੀ ਲੈਂਦੀ ਵੀ ਨਹੀਂ ਕਿਉਂ ਕਿਉਂਕਿ ਮੈਂ ਲੋਟ ਲੋਟ ਡਾਉਣਾ ਆ ਨਹੀਂ ਗੁੱਡੀ ਸਹੀ ਯਾਰ ਓਏ ਬੜੀ ਸੈਟਿੰਗ ਹੈ ਨਾ बड़ी लगन दी कित खलोता पता मैं मेरी ਗੁੱਡਾ ਡਾਂਦੇ ਦੀ ਵੀਡੀਓ 132,000 ਲੋਕਾਂ ਤੱਕ ਪਹੁੰਚੀ ਦੇਖੀ ਰੀਲ ਬਣਾਈ ਐਰ ਕੀ ਫਿਰ ਬਣਾਵਾਂਗੇ ਸ਼ਾਰਟਸ ਸ਼ਾਰਟਸ ਨਾ ਕਰਾਂਗੇ ਹੁਣ ਲੋੜੀ ਤੇ ਗੁੱਡੀਆਂ ਡਾ ਡਾ ਕੇ ਤੇ ਗਾਇਜ਼ ਕਿੱਦਾਂ ਦਾ ਲੱਗ ਰਿਹਾ ਕਾਈਟ ਵਲੌਗ ਦੱਸਿਓ ਕਮੈਂਟ ਕਰਕੇ
ਸਭ ਤੋਂ ਪਹਿਲੇ ਮੇਰਾ ਕਹਿੰਦਾ ਅੰਮ੍ਰਿਤਸਰ ਚ ਆਪਾਂ ਹੀ ਹੈਗੇ ਆ ਨਾ ਜਿਹੜਾ ਕਾਈਟ ਵਲੌਗ ਪਾਉਂਦੇ ਵਾਹ ਐਰ ਕੀ ਸੀਜ਼ਨ ਦਾ ਮੈਂ ਕਿਹਾ ਸਰ ਆਪਾਂ ਹੀ ਪਾਇਆ ਵਾ ਐਰ ਕੀ ਤੇ ਤੁਸੀਂ ਕਮੈਂਟ ਕਰਕੇ ਦੱਸੋ ਆਪਾਂ ਹੋਰ ਵੀ ਕਾਈਟ ਵਲੌਗ ਲਾਵਾਂਗੇ ਦਿਵਾਂਸ਼ ਵੀ ਐਰ ਕੀ ਆਪਣੇ ਨਾਲ ਆ ਪਿਛਲੇ ਸਾਲ ਤੋਂ ਨਹੀਂ ਹੈਗਾ ਪਿਛਲੇ ਸਾਲ ਕਿੱਥੇ ਸੀ ਤੂੰ ਘਰੇ ਰੋਣ ਨਾ ਆਇਆ ਦਿਲ ਟੁੱਟਾ ਤੇ ਪਿਛਲੇ ਸਾਲ ਇੰਨਾ ਯਾਰੀ ਨਹੀਂ ਹੈਗੀ ਬਸ ਠੀਕ ਹੈ ਠੀਕ ਹੈ ਠੀਕ ਹੈ ਮਾਰੀਆਂ ਹੱਥ ਵੇਖੇ ਤੇਰਾ ਹੱਥ ਉਹ ਯਾਰ ਗੁੱਡੀ ਨਹੀਂ ਹੋਈ ਗੁੱਡੀ ਨੂੰ ਗਿਆ ਇੰਨੀ ਤਾਂ ਚਲੀ ਆ ਪੇਚੇ ਨਹੀਂ ਲਾਉਂਦੇ ਸਾਡੇ ਨਾਲ ਬਸ ਇਹਨੂੰ ਐਂ ਹੀ ਇੱਥੇ ਮਜ਼ੇ ਆਉਂਦੇ ਹੀ ਬੜੀ ਦੂਰ ਹੈ ਉਤਰਾਂ ਵਿਖਾਂਦੀ ਆਪਣੀ ਗੁੱਡੀ ਉਹ ਮਾੜੀ ਜੀ ਵਿਖਾਂਦੀ ਕੈਮਰੇ 'ਚ ਮਾੜੀ ਜੀ ਜਾਂਦੀ ਉਹ ਗੁੱਡਾ ਜਾਂਦਾ ਦੇਖ ਰਿਹਾ ਇਹ ਆਪਾਂ ਹੀ ਵੱਡਿਆ ਅਤੇ ਆ ਉੱਤੇ ਆਪਣਾ ਕਿੱਥੇ ਆ ਉਹ ਜੀ ਉਹ ਦਿਖਦੀ ਪਈ ਆ ਆਪਣੀ ਵੱਧ ਗਈ ਤਾਂ ਅਤੇ ਉਹਦੀ ਚੱਲ ਗਈ ਠਾਂ ਠਾਂ ਹੋ ਗਿਆ ਕੰਮ ਠਾਂ ਠਾਂ ਹੋ ਗਿਆ ਕੰਮ ਇਹ ਇੱਧਰ ਜੱਟ ਨੇ ਵੱਢੀ ਆ ਬਸ ਚੀਕਾਂ ਨਹੀਂ ਮਾਰੀਆਂ ਇੱਕ ਮਾਰੀ ਸੀ ਪਰ ਰਿਕਾਰਡ ਨਹੀਂ ਕੀਤੀ ਇਹਨੇ ਰਿਕਾਰਡਿੰਗ ਨਹੀਂ ਕੀਤੀ ਇਹਨੂੰ ਡਰ ਹੀ ਪੈ ਗਿਆ ਗੁੱਡੀ ਪਾਉਣਾ ਹੋ ਜਾਏ ਕਿਤੇ ਮਤਲਬ ਇਹ ਵੀ ਸਾਨੂੰ ਜਾ ਜਾ ਪੂਰੀ ਗੁੰਝਲ ਪੈ ਗਏ ਬਸ ਹੱਥ ਉਹ ਰਹਿਣ ਦੇ ਕਹਿੰਦਾ ਉਹ ਨਾ ਵਿੱਚ ਲਾਉਣਾ ਲੱਗ ਜੂਗਾ ਲੱਗੂਗਾ ਹੁਣ ਆਇਆ ਹੀ ਉਹ ਥੋੜ੍ਹਾ ਮਤਲਬ ਪਰ ਹਵਾ ਚੇਂਜ ਹੋ ਗਈ ਹੈ ਨਾ ਹਵਾ ਥੋੜ੍ਹੀ ਇੱਧਰ ਦੀ ਹੋ ਗਈ ਹੁਣ ਏਰੀਆ ਕਿੱਡਾ ਕਿੱਡਾ ਵਧੀਆ ਲੱਗਣ ਦੇਣਾ ਬੱਦਲ ਦੇ ਨਾਲ ਉਹ ਟੈਂਕੀ ਆ ਉਹਦੇ ਲਾਗੇ ਆਪਾਂ ਪਾਰਕ 'ਚ ਜਾਈਦਾ ਪਾਰਕ ਦੇ ਵਿੱਚ ਹੈਗੀ ਟੈਂਕੀ ਉਹ ਵਾਲੀ ਉਹ ਟੈਂਕੀ ਦਾ ਪਤਾ ਨਹੀਂ ਉਹ ਟੈਂਕੀ ਕਿੱਥੇ ਹੈਗੀ ਹੈ ਉਹ ਵਾਲੀ ਉੱਥੇ ਚੱਲ ਯਾਰ ਹੁਣ ਬਸ ਬੜੀ ਹੋ ਗਈ ਯਾਰ ਚੁੱਪ ਕਰ ਪਜਾਮਾ ਪਾਲ ਕੇ ਬਸ ਹੁਣ ਨੀ ਮੈਂ ਛੱਡਣਾ ਉਹ ਰਹਿਣ ਦੇ ਖਿੱਚ ਕੇ ਲੈ ਕੇ ਜਾ ਇਹ ਹੁਣ ਇਹ ਹੱਥੋਂ ਛੁੱਟ ਜਾਣਾ ਹੋਵੇ ਖਤਮ ਹੋਇਆ ਪਿਆ ਮਾਰੀ ਮਾਰੀ ਤੋੜ ਵੀ ਦਿੱਤੀ ਅੱਛਾ ਕਾਕਾ ਕਰਨ ਦਿਆ ਖਿਡਾਰੀ ਆ ਗਿਆ ਖਿਡਾਰੀ ਆ ਗਈ ਆ ਗਈ ਇੱਕ ਹੋਰ ਗੁੱਡਾ ਡਾਲਿਆ ਆਪਾਂ ਦੇਖਦੇ ਹਾਂ ਕਿੰਨੀ ਦੇਰ ਕੱਢਦਾ ਏ ਆਹ ਸੈਟ ਹੀ ਪੂਰਾ ਕੈਨੇਡਾ ਕੈਨੇਡਾ ਜਾਣਾ ਕੈਨੇਡਾ 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 ਬੱਬੂ ਮਾਨ ਦਾ ਚੇਲਾ ਜੇ ਆ ਹੈਨਾ ਵੇ ਇਹ ਬੱਬੂ ਮਾਨ ਦਾ ਫੈਨ ਹੈਗਾ ਜੀ ਗੁੱਡੀ ਸਿੱਧੂ ਮੂਸੇ ਵਾਲੇ ਉਡਾਣ ਦਿਆ ਸੀ ਤਾਂਹੀਓ ਉਡਾਤੀ ਇਹਨੇ ਅੱਛਾ ਮਨ 'ਚ ਮਹਿਲ ਹੈਗੀ ਮਨ 'ਚ ਮਹਿਲ ਹੈਗੀ ਇਹਦੇ ਗੁੱਡੀ ਤਾਂ ਉਡਾਈ ਆ ਪੱਕੀ ਗੱਲ ਹੈ ਇਹੀ ਗੱਲ ਹੈ ਇਹਨੇ ਸਿੱਧੂ ਮੂਸੇ ਵਾਲੇ ਦੀ ਗੁੱਡੀ ਉਡਾਤੀ ਹੈ ਸਿੱਧੂ ਦੀ ਪੱਗ ਉਡਾਈ ਨਾ ਤਾਰਾਂ 'ਚ ਮੈਨੂੰ ਪਤਾ ਲੱਗ ਗਿਆ ਇਹਨੇ ਤਾਂ ਉਡਾਈ ਹੈ ਗਾਈਜ਼ ਹੁਣ ਪਤਾ ਲੱਗਿਆ ਪਹਿਲੇ ਤਾਂ ਮੈਨੂੰ ਲੱਗਦਾ ਇਹ ਜਾਇ ਨਹੀਂ ਹੈਗੀ ਜਾਇ ਇਹਨੂੰ ਪੂਰੀ ਹੈਗੀ ਤਾਂਹੀਓ ਗੁੱਡਾ ਉਡਾਤਾ ਇਹਨੇ ਦੱਸਿਓ ਕਿਸ ਤਰ੍ਹਾਂ ਦਾ ਲੱਗਾ ਸਕਾਈ ਵਲੌਗ ਕੱਲੇ ਹੀ ਡਾਕ ਸੈਲਫ ਗੁੱਡੀ ਡਾਕ ਕੇ ਆਪਾਂ ਆ ਗਏ ਤੇ ਹੁਣ ਰਹਤਾ ਗੁੱਡਾ ਗੱਟੂ ਪਤੰਗ ਦਾ ਵੀ ਕਿਸੇ ਦਿਨ ਮੋਲ ਕਰਾਂਗੇ ਸਾਰਾ ਕੁਛ ਕਰਕੇ ਟਾਸਕ ਵਗੈਰਾ ਪੂਰੇ ਅਤੇ ਕੌਫੀ ਬਣਾ ਰਿਹਾ ਕੌਫੀ ਵੇਖ ਰਿਹਾ ਅਤੇ ਇਹ ਪੀ ਕੇ ਅਤੇ ਉਸ ਤੋਂ ਬਾਅਦ ਐਕਸਰਸਾਈਜ਼ ਲਾਵਾਂਗਾ ਅਤੇ ਟਾਈਮ ਵੀ ਕਾਫੀ ਹੋ ਗਿਆ ਵਾ ਅਤੇ ਦੁਪਹਿਰ ਹੀ ਆ ਜਾਂਦੇ ਧੁੱਪ ਚੜ੍ਹੀ ਆ ਮੈਂ ਜਲਦੀ ਜਲਦੀ ਐਕਸਰਸਾਈਜ਼ ਲਾ ਕੇ ਫਿਰ ਫ੍ਰੀ ਹੋ ਗਏ ਵੀਡੀਓ ਐਡਿਟ ਕਰਾਂ ਅਤੇ ਸ਼ਾਮ ਨੂੰ ਚੱਲਾਂਗੇ ਫਿਰ ਮਾੜਾ ਮੋਟਾ ਘੁੰਮ ਫਿਰ ਕੇ ਆਵਾਂਗਾ ਹੋ ਗਈ ਹੋ ਗਈ ਹੋ ਗਈ ਹੋ ਗਈ ਆ ਰਹੀ ਹੈ ਆ ਰਹੀ ਹੈ ਕਿਤੇ ਮੋਬਾਈਲ ਹੀ ਨਾ ਵੇਖਦਾ ਰਹਾਂ ਮੈਂ ਡਨ ਗਾਇਜ਼ ਹੁਣ ਮੈਂ ਕੌਫੀ ਪੀ ਲਈ ਆ ਅਤੇ ਮੈਨੂੰ ਚੇਤਾ ਭੁੱਲ ਗਿਆ ਸੀ ਮੈਂ ਲੈਪਟੋਪ 'ਚ ਗਾਣੇ ਸੁਣਨਿਆ ਸੀ ਅਤੇ ਤੁਹਾਨੂੰ ਦਿਖਾਉਂਦਾ ਮੈਂ ਕਿਹੜੇ ਗਾਣੇ ਸੁਣਨਾ ਉਹ ਸੱਚ ਅਤੇ ਮੈਂ ਇੱਧਰ ਸੁਣ ਰਿਹਾ ਸੀ ਲੈਪਟੋਪ 'ਚ ਸੌਂਗ ਅਤੇ ਕਦੋਂ ਦਾ ਹੀ ਚਾਰਜ ਲਾਇਆ ਫੁੱਲ ਹੋ ਗਿਆ ਹੋਣਾ ਵਾ ਅਤੇ ਉਹ ਵੇਲੋ ਫੁੱਲ ਹੋ ਗਿਆ ਵਾ ਅਤੇ ਮੈਂ ਨਾ ਸੌਂਗ ਸੁਣ ਰਿਹਾ ਸੀ ਹਨੀ ਸਿੰਘ ਦਾ ਤੁਸੀਂ ਦੱਸਿਓ ਕਿਹਨੂੰ ਕਿਹਨੂੰ ਵਧੀਆ ਲੱਗਾ ਮੈਨੂੰ ਤਾਂ ਕਾਫੀ ਵਧੀਆ ਲੱਗਾ ਕਲਾ ਸਟਾਰ ਨਿਊ ਸੌਂਗ ਆਇਆ ਜਿਹੜਾ ਸਰਦੀਆਂ ਦੇ ਸਵਾਗਤ ਹੈ ਫਿਰ ਸਰਦੀਆਂ ਦਾ ਆਪਾਂ ਚੱਲੇ ਆ ਮੰਦਰ ਐਕਸਰਸਾਈਜ਼ ਤੇ ਮੈਂ ਲਾ ਲਈ ਆ ਜੂਸ ਮੈਂ ਪੀ ਲਿਆ ਵਾ ਇਹ ਮਿਲਦੇ
ਚੱਲ ਚੱਲੀਏ।